ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਹੈ ਕਿ 21/12/19 ਨੂੰ 363-366 IPC ਦਾ ਮੁਕਦਮਾ ਦਰਜ ਰਜਿਸਟਰ ਹੋਇਆ ਸੀਗਾ। ਇਹਦੇ ਵਿੱਚ ਸਿਮਰਨ ਨਾਂ ਦੀ ਲੜਕੀ ਸੀ ਜਿਹਨੇ ਮੁਕਦਮਾ ਦਰਜ ਜਿਹਨੂੰ ਕਿਡਨੈਪ ਕਰਕੇ ਲੈ ਗਏ ਸੀਗੇ, ਅਤੇ ਉਹ ਸੰਦੀਪ ਸਿੰਘ ਦੇ ਨਾਲ ਇਹ ਗਈ ਸੀ। ਸੰਦੀਪ ਸਿੰਘ ਜਿਹੜਾ ਅੱਜ ਅਸੀਂ ਲੈ ਆਏ ਹਾਂ, ਅਤੇ ਲੜਕੀ ਬਰਾਮਦ ਕਰ ਲਈ ਹੈ, ਅਤੇ FIR ਜਿਹੜੀ ਹੈ ਦਰਜ ਰਜਿਸਟਰ ਪਹਿਲਾਂ ਹੀ ਸੀਗੀ, ਉਹਦੇ ਮੁਤਾਬਕ ਇਹਦੇ 'ਚ ਗ੍ਰਿਫਤਾਰੀ ਪਾ ਕੇ ਅੱਗੇ ਲੈ ਗਿਆ ਸੀਗਾ। ਇਹਦੇ 'ਤੇ ਜੋ ਬਣਦੀ ਕਾਰਵਾਈ ਹੈਗੀ ਉਹ ਕਰਕੇ ਆਇਆ ਕਿ 21/12/19 ਨੂੰ 363-366 IPC ਦਾ ਮੁਕਦਮਾ ਦਰਜ ਰਜਿਸਟਰ ਹੋਇਆ ਸੀਗਾ। ਇਹਦੇ ਵਿੱਚ ਸਿਮਰਨ ਨਾਂ ਦੀ ਲੜਕੀ ਸੀ ਜਿਹਨੇ ਮੁਕਦਮਾ ਦਰਜ ਜਿਹਨੂੰ ਕਿਡਨੈਪ ਕਰਕੇ ਲੈ ਗਏ ਸੀਗੇ, ਅਤੇ ਉਹ ਸੰਦੀਪ ਸਿੰਘ ਦੇ ਨਾਲ ਇਹ ਗਈ ਸੀਗੀ। ਸੰਦੀਪ ਸਿੰਘ ਜਿਹੜਾ ਅੱਜ ਅਸੀਂ ਲੈ ਆਏ ਹਾਂ, ਅਤੇ ਲੜਕੀ ਬਰਾਮਦ ਕਰ ਲਈ ਹੈ, ਅਤੇ FIR ਜਿਹੜੀ ਹੈ ਦਰਜ ਰਜਿਸਟਰ ਪਹਿਲਾਂ ਹੀ ਸੀਗੀ, ਉਹਦੇ ਮੁਤਾਬਕ ਇਹਦੇ 'ਚ ਗ੍ਰਿਫਤਾਰੀ ਪਾ ਕੇ ਅੱਗੇ। ਹਾਂਜੀ, ਜੁਰਮ 'ਚ ਵਾਧਾ ਹੋਇਆ ਜੀ। ਜੀ ਜੀ, ਹਾਂਜੀ, ਚਲੋ ਠੀਕ, ਧੰਨਵਾਦ। ਇਹਦਾ ਐਡਰੈਸ ਹੈ ਜੀ, ਸੰਦੀਪ ਸਿੰਘ ਏਲੀਅਸ ਸ਼ਾਬੀ, ਏਲੀਅਸ ਸ਼ਾਬੀ, ਸਨ ਆਫ ਸਕੱਤਰ ਸਿੰਘ, ਵਾਸੀ ਗਲੀ ਨੰਬਰ 2, ਬਰਨੇ ਵਾਲੀ ਗਲੀ ਆਬਾਦੀ, ਗੁਰੂ ਨਾਨਕਪੁਰਾ, ਗੁਰੂ ਕੀ ਬਡਾਲੀ, ਅੰਮ੍ਰਿਤਸਰ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, PR ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ, 81-466-7700-9।